ਹਾਂਜੀ ਦੋਸਤੋ, ਅਸੀਂ ਨਾ ਪਿਛਲੀ ਵੀਡੀਓ ਇੱਕ ਰੇਡਰਾਂ ਦੇ ਬਣਾਈ ਸੀ ਵੀ ਉਹਨਾਂ ਦੇ ਸਰਨੇਮ ਕੀ ਨੇ, ਉਹਨਾਂ ਦੇ ਗੋਤ ਕੀ ਨੇ, ਤੇ ਤੁਸੀਂ ਬਹੁਤ ਪਿਆਰ ਕੀਤਾ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਇਹ ਵੀ ਕਿਹਾ ਸੀ ਕਿ ਸਾਨੂੰ ਜਾਫੀਆਂ ਬਾਰੇ ਵੀ ਜਾਣਕਾਰੀ ਦਿਓ, ਤੇ ਅੱਜ ਅਸੀਂ ਜਾਫੀਆਂ ਬਾਰੇ ਜਾਣਕਾਰੀ ਲੈ ਕੇ ਆਏ। ਜਲਾਲਪੁਰੀਆ ਪਾਲਾ ਜੀ ਸਿੱਧੂਆਂ ਦਾ ਮੁੰਡਾ ਤੇ ਕਲੋਜ਼ ਫਾਈਟਰ ਦੇ ਨਾਲ ਜਾਣਿਆ ਜਾਂਦਾ, ਤੇ ਹੁਣ ਦੰਗਲ ਅੰਬੀਆਂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਹੋ ਵੀ ਕਮੈਂਟ ਬਾਕਸ ਦੇ ਵਿੱਚ ਦੱਸੋ ਜੀ। ਉਹ ਹੈਗਾ ਸੰਧੂਆਂ ਦਾ ਮੁੰਡਾ ਅਤੇ ਇਹਦੀ ਤਾਂ ਫੁੱਲੀ ਚੜ੍ਹਾਈ ਹੈ, ਤੇ ਉਸ ਤੋਂ ਬਾਅਦ ਦੀ ਗੱਲ ਆਪਾਂ ਕਰਦੇ ਹਾਂ ਤਾਂ ਜਰਦਾ ਸੁਰਖਪੁਰੀਆ ਜੀ ਔਜਲਾ ਪਰਿਵਾਰ ਦਾ ਖਿਡਾਰੀ ਹੈਗਾ, ਤੇ ਉਸ ਤੋਂ ਬਾਅਦ ਜੱਗਾ ਚਿੱਟੀ ਆ ਜਾਂਦਾ ਹੈ। ਜੱਗਾ ਚਿੱਟੀ ਜੀ ਅਟਵਾਲ, ਇਹਨਾਂ ਦਾ ਗੋਤ ਹੈਗਾ ਅਟਵਾਲ, ਤੇ ਉਸ ਤੋਂ ਬਾਅਦ ਇੰਦਰਜੀਤ ਕਾਲਸੀਆ ਦੇ ਕਿਹੜੇ ਕਿਹੜੇ ਫੈਨ ਨੇ, ਉਹ ਹੈਗਾ ਜੀ ਧਾਲੀਵਾਲ ਪਰਿਵਾਰ ਦਾ ਮੁੰਡਾ, ਤੇ ਉਸ ਤੋਂ ਬਾਅਦ ਗਿੱਲਾਂ ਦੇ ਮੁੰਡੇ ਨਾਲ ਸਾਰੇ ਜਾਣਦੇ ਆ, ਖੁਸ਼ਦੀਪ ਸਿੰਘ ਗਿੱਲ ਖੁਸ਼ੀ ਤੋਂ ਕਹਿੰਦੇ ਗਿੱਲਾਂ ਪਰਿਵਾਰ ਦਾ ਮੁੰਡਾ ਜੀ, ਤੇ ਨਿੰਦੀ ਵੇਨੜਾ ਜੋ ਕਿ ਬਹੁਤ ਤਕੜਾ ਜਾਫੀ ਉਹਨਾਂ ਦਾ ਗੋਤ ਹੈਗਾ ਜੀ ਦਿਓਲ, ਤੇ ਉਸ ਤੋਂ ਬਾਅਦ ਅਰਸ ਚੋਲਾ ਸਾਹਿਬ ਸੰਧੂ ਪਰਿਵਾਰ ਦਾ ਮੁੰਡਾ ਇਹ ਵੀ ਜੀ, ਤੇ ਉਸ ਤੋਂ ਬਾਅਦ ਹੈਗਾ ਸਾਈਦੋ ਕਹਿੰਦਾ ਬਲਜੀਤ, ਇਹਨਾਂ ਦਾ ਗੋਤ ਹੈਗਾ ਜੀ ਧਾਲੀਵਾਲ, ਅਤੇ ਇਸ ਤੋਂ ਬਾਅਦ ਹੈਗਾ ਜੀ ਆਪਣਾ ਰਾਜੂ ਕਾਜੂ ਰਣੀਕੇ ਜਿਸ ਦਾ ਢਿੱਲੋਂ ਗੋਤ ਹੈਗਾ, ਅਤੇ ਉਸ ਤੋਂ ਬਾਅਦ ਅੰਮ੍ਰਿਤ ਆ ਗਿਆ ਜੀ, ਇਹ ਔਲਖ, ਇਹ ਪਿੰਡ ਵੀ ਔਲਖ ਅਤੇ ਇਹਨਾਂ ਦਾ ਗੋਤ ਵੀ ਔਲਖ, ਅਤੇ ਫੂਲਾ ਸੁਸਕ ਇਹਨਾਂ ਦਾ ਗੋਤ ਹੈਗਾ ਜੀ ਢਿੱਲੋਂ, ਅਤੇ ਉਸ ਤੋਂ ਬਾਅਦ ਹੈਗਾ ਜੀ ਆਪਣਾ ਜੰਗੀਆਣਾ ਗਿੱਲ ਪਰਿਵਾਰ ਦਾ ਮੁੰਡਾ, ਇਹਨਾਂ ਤਾਂ ਸਾਰੇ ਹੀ ਜਾਣਦੇ ਆ। ਉਸ ਤੋਂ ਬਾਅਦ ਹੈਗਾ ਜੀ ਖਲੀ ਉੱਬਾ ਵਾਲੀਆ ਜਿਹਨਾਂ ਦਾ ਗੋਤ ਹੈਗਾ ਢੀਂਡਸਾ। ਦੋਸਤ, ਤੁਸੀਂ ਆਪਣਾ ਗੋਤ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ, ਅਤੇ ਆਪਾਂ ਦੇਖ ਰਹੇ ਵੀ ਤੁਹਾਡਾ ਗੋਤ ਕਿਹੜੇ ਪਲੇਅਰ ਨਾਲ ਮੈਚ ਕਰਦਾ ਹੈ। ਅਗਰ ਵੀਡੀਓ ਵਧੀਆ ਲੱਗੀ ਆ, ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਜਿਸ ਨਾਲ ਸਾਨੂੰ ਥੋੜ੍ਹਾ ਬਹੁਤ ਹੌਸਲਾ ਮਿਲ ਜਾਂਦਾ, ਅਸੀਂ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ।